ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਅੱਜ ਸ੍ਰੀ ਅਕਾਲ ਤਖਤ ਸਾਹਿਬ ਸਕੱਤਰੇ ਤੇ ਇੱਕ ਰੱਖੀ ਪ੍ਰੈਸ ਵਾਰਤਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੀਤੇ ਦਿਨੀ ਹਰਿਆਣਾ ਵਿਖੇ ਕਿਸਾਨਾਂ ਵੱਲੋਂ ਕੀਤੇ ਗਏ ਇਕੱਠ ਦੇ ਵਿੱਚ ਸਿੱਖ ਸੰਗਤਾਂ ਵੀ ਸ਼ਾਮਲ ਸਨ, ਜਿੱਥੇ ਹਰਿਆਣਾ ਦੀ ਇੱਕ ਸੰਸਥਾ ਦੇਵ ਸੈਨਾ ਦੇ ਵੱਲੋਂ ਗਾਤਰੇ ਪਾ ਕੇ ਮਾਹੌਲ ਖਰਾਬ ਕੀਤਾ ਗਿਆ ਤੇ ਪਰਚੇ ਕਿਸਾਨਾਂ ਦੇ ਸਿੱਖਾਂ ਦੇ ਦਰਜ ਕਰਵਾਏ ਗਏ, ਜੋ ਕਿ ਸਾਰੀ ਘਟਨਾ ਹਿੰਦੂ ਸਿੱਖ ਭਾਈਚਾਰੇ ਦੇ ਵਿੱਚ ਵਿਤਕਰਾ ਪੈਦਾ ਕਰਨ ਦੇ ਲਈ ਕੀਤੀ ਜਾ ਰਹੀ ਹੈ। ਇਸ ਦੇ ਚੱਲਦਿਆਂ ਅਸੀਂ ਹਰਿਆਣਾ ਸਰਕਾਰ ਨੂੰ ਗੁਜਾਰਿਸ਼ ਕਰਦੇ ਹਾਂ ਕਿ ਉਹ ਇਹਨਾਂ ਘਟਨਾਵਾਂ ਤੇ ਦੇਵ ਸੈਨਾ ਵਰਗੀਆਂ ਸੰਸਥਾਵਾਂ ਤੇ ਅੰਕੁਸ਼ ਲਗਾਉਣ, ਨਹੀਂ ਤਾਂ ਜੇਕਰ ਆਉਣ ਵਾਲੇ ਸਮੇਂ ਵਿੱਚ ਮਾਹੌਲ ਖਰਾਬ ਹੁੰਦਾ ਤਾਂ ਇਸ ਦੀ ਜ਼ਿੰਮੇਵਾਰੀ ਹਰਿਆਣਾ ਸਰਕਾਰ ਦੀ ਹੋਵੇਗੀ। ਉਹਨਾਂ ਕਿਹਾ ਕਿ ਸਰਕਾਰ ਸਿੱਖਾਂ ਨੂੰ ਸਿੱਖਾਂ ਨਾਲ ਲੜਾਉਣ ਲਈ ਕੋਝੀਆਂ ਚਾਲਾਂ ਚੱਲ ਰਹੀ ਹੈ। ਜੋ ਮੋਰਚੇ ਕਦੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰ ਦਿੱਲੀ ਅਤੇ ਚੰਡੀਗੜ੍ਹ ਨੂੰ ਰਵਾਨਾ ਹੁੰਦੇ ਸਨ, ਉਹਨਾਂ ਨੂੰ ਅੱਜ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਮੋੜਿਆ ਜਾ ਰਿਹਾ। ਇਸ ਦੇ ਚੱਲਦੇ ਮਾਹੌਲ ਖਰਾਬ ਕਰਨ ਦੀਆਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਨੇ। ਜੇਕਰ ਕਿਸੇ ਸਿੱਖ ਨੂੰ ਕਿਸੇ ਵੀ ਗੱਲ 'ਤੇ ਕੋਈ ਪਰੇਸ਼ਾਨੀ ਹੈ ਤਾਂ ਉਹ ਸ਼੍ਰੋਮਣੀ ਕਮੇਟੀ ਨਾਲ ਬੈਠ ਕੇ ਗੱਲਬਾਤ ਕਰਕੇ ਮਸਲਾ ਸੁਲਝਾ ਸਕਦਾ ਹੈ। ਇਸ ਤਰ੍ਹਾਂ ਹੰਗਾਮਾ ਕਰਕੇ ਸਿੱਖ ਪੰਥਰੀ ਛਵੀ ਨੂੰ ਖਰਾਬ ਨਹੀਂ ਕਰਨਾ ਚਾਹੀਦਾ। ਪਟਵਾਰੀ ਦੀ ਪ੍ਰੀਖਿਆ ਦੇ ਵਿੱਚ ਸਿੱਖ ਬੱਚਿਆਂ ਨੇ ਕਕਾਰ ਲਾਉਣੇ, ਉਹ ਵੀ ਖਾਸ ਕਰ ਪੰਜਾਬ ਵਿੱਚ ਬਹੁਤ ਹੀ ਮੰਦਭਾਗੀ ਗੱਲ ਹੈ। ਅਤੇ ਇਸ ਤਰ੍ਹਾਂ ਵਾ ਅੰਮ੍ਰਿਤਸਰ ਵਿਖੇ ਚੋਰੀ ਦੇ ਮਾਮਲੇ ਦੇ ਵਿੱਚ ਇੱਕ ਨੌਜਵਾਨ ਦੇ ਕੇਸ ਕਤਲ ਕਰਕੇ ਵੀਡੀਓ ਵਾਇਰਲ ਕਰਨਾ ਵੀ ਬਹੁਤ ਮੰਦਭਾਗੀ ਗੱਲ ਹੈ, ਜਿਸ ਦੇ ਸੰਬੰਧੀ ਸ਼੍ਰੋਮਣੀ ਕਮੇਟੀ ਨੂੰ ਇਸ ਬਾਰੇ ਪੜਤਾਲ ਕਰਨ ਸੰਬੰਧੀ ਲਿਖਿਆ ਗਿਆ ਹੈ। ਪਿੱਛੇ ਹਰਿਆਣੇ ਦੇ ਵਿੱਚ ਕੁਰਕਸ਼ੇਤਰ ਦੇ ਅੰਦਰ ਇੱਕ ਸੰਮੇਲਨ ਜਿਹੜਾ ਹੈ ਕਿਸਾਨਾਂ ਨੇ ਕੀਤਾ ਸੀ, ਜਿਸ ਵਿੱਚ ਵੱਡੀ ਗਿਣਤੀ ਦੇ ਵਿੱਚ ਸਿੱਖ ਵੀ ਸ਼ਾਮਲ ਹੋਏ ਸੀ। ਅਤੇ ਉੱਥੇ ਕੁਝ ਸ਼ਰਾਰਤੀ ਅਨਸਰਾਂ ਨੇ ਗਾਤਰੇ ਪਾ ਕੇ ਅਤੇ ਉਸ ਚੱਲਦੇ ਸਮਾਗਮ ਦੇ ਵਿੱਚ ਵਿਘਨ ਪਾਉਣ ਦਾ ਯਤਨ ਕੀਤਾ ਸੀ। ਉਸ ਵਕਤ ਸਿੱਖ ਨੌਜਵਾਨਾਂ ਨੇ, ਹਰਿਆਣੇ ਦੇ ਨੌਜਵਾਨਾਂ ਨੇ ਉਹਨਾਂ ਨੂੰ ਪਕੜਿਆ, ਸ਼ਰਾਰਤੀ ਅਨਸਰਾਂ ਨੂੰ। ਲੇਕਿਨ ਹਰਿਆਣਾ ਸਰਕਾਰ ਨੇ ਜਾਂ ਹਰਿਆਣਾ ਪ੍ਰਸ਼ਾਸਨ ਨੇ ਉਹਨਾਂ 'ਤੇ ਕੋਈ ਕਾਰਵਾਈ ਨਹੀਂ ਕੀਤੀ, ਜਿਹਦਾ ਨਤੀਜਾ ਇਹ ਨਿਕਲਿਆ ਹੈ ਕਿ ਉਲਟਾ ਉਹਨਾਂ ਸ਼ਰਾਰਤੀ ਅਨਸਰਾਂ ਨੇ ਸਾਡੇ ਉੱਥੇ ਜਿਹੜੇ ਸਿੱਖ ਆਗੂ ਨੇ ਉਹਨਾਂ ਦੇ ਉੱਤੇ ਪਰਚਾ ਦਰਜ ਕਰਾਇਆ। ਅਤੇ ਦੂਜੀ ਗੱਲ ਇਹ ਹੈ ਕਿ ਉਹਨਾਂ ਨੇ ਫਿਰ ਇੱਕ ਵੀਡੀਓ ਰਾਹੀਂ ਧਮਕੀ ਦਿੱਤੀ ਹੈ ਕਿ ਅਸੀਂ 21 ਤਰੀਕ ਨੂੰ ਫਿਰ ਜਿਹੜਾ ਗਾਤਰੇ ਪਾ ਕੇ ਉਸੇ ਤਰ੍ਹਾਂ ਕੁਰਕਸ਼ੇਤਰ ਦੀ ਧਰਤੀ ਦੇ ਉੱਤੇ ਗੁਰਦੁਆਰਾ ਸਾਹਿਬ ਪਹੁੰਚਾਂਗੇ। ਮੈਂ ਸਮਝਦਾ ਕਿ ਇਹ ਸ਼ਰਾਰਤੀ ਅਨਸਰ ਜਿਹੜੇ ਆ, ਜੋ ਵੀ ਹੈ ਕੋਈ ਦੇਵ ਸੈਨਾ ਅਖੌਤੀ ਨਾਂ ਦੀ ਕੋਈ ਜਥੇਬੰਦੀ ਹੈ, ਉਹ ਇਹ ਕੰਮ ਕਰ ਰਹੀ ਹੈ। ਹਰਿਆਣਾ ਸਰਕਾਰ ਨੂੰ ਇਸ ਜਥੇਬੰਦੀ ਨੂੰ ਨਕੇਲ ਪਾਉਣੀ ਚਾਹੀਦੀ ਹੈ। ਇਹ ਜਥੇਬੰਦੀ ਜਿਹੜੀ ਹੈ ਹਰਿਆਣਾ ਸਟੇਟ ਦਾ ਵੀ ਮਾਹੌਲ ਖਰਾਬ ਕਰ ਰਹੀ ਹੈ, ਔਰ ਇਹ ਜਥੇਬੰਦੀ ਜਿਹੜੀ ਹੈ ਇਸ ਤਰ੍ਹਾਂ ਦੀਆਂ ਘਨਾਉਣੀਆਂ ਹਰਕਤਾਂ ਕਰਕੇ ਸਿੱਖ ਭਾਵਨਾਵਾਂ ਨੂੰ ਵੀ ਠੇਸ ਪਹੁੰਚਾ ਰਹੀ ਹੈ। ਔਰ ਸਭ ਤੋਂ ਵੱਡੀ ਗੱਲ ਕਿ ਇਹ ਜਿਹੜੀ ਦੇਵ ਸੈਨਾ ਨਾਂ ਦੀ ਜਥੇਬੰਦੀ ਹੈ, ਜਿਹਨੇ ਪਿੱਛੇ ਵੀ ਗਾਤਰੇ ਪਾ ਕੇ ਅਤੇ ਸਿੱਖਾਂ ਨੂੰ ਚੜਾਉਣ ਦਾ ਯਤਨ ਕੀਤਾ, 21 ਤਰੀਕ ਨੂੰ ਫਿਰ ਉਹਨਾਂ ਨੇ ਕਿਹਾ ਕਿ ਅਸੀਂ ਇਹ ਕੰਮ ਕਰਾਂਗੇ, ਇਹ ਹਿੰਦੂ ਸਿੱਖਾਂ ਦੇ ਵਿੱਚ ਬਹੁਤ ਵੱਡਾ ਜਿਹੜਾ ਹੈ ਪਾੜਾ ਪਾਉਣ ਦਾ ਵੀ ਇੱਕ ਕਿਸਮ ਦਾ ਯਤਨ ਕਰ ਰਹੀ ਹੈ। ਇਹ ਦੋ ਭਾਈਚਾਰਿਆਂ ਦੇ ਵਿੱਚ ਆਪਸੀ ਜਿਹੜੀ ਸਾਂਝ ਹੈ ਉਹਨੂੰ ਤੋੜਨ ਦੇ ਲਈ ਜਿਹੜਾ ਯਤਨ ਕਰ ਰਹੀ ਹੈ। ਹਰਿਆਣਾ ਸਰਕਾਰ ਨੂੰ, ਹਰਿਆਣਾ ਪ੍ਰਸ਼ਾਸਨ ਨੂੰ ਇਹ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਇਹਨਾਂ ਨੂੰ ਨੱਥ ਪਾਈ ਜਾਵੇ, ਇਹਨਾਂ 'ਤੇ ਪਰਚੇ ਦਰਜ ਕਰਕੇ ਇਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਣ, ਅਤੇ ਜੇ ਕੁਰਕਸ਼ੇਤਰ ਦੀ ਧਰਤੀ ਦੇ ਉੱਤੇ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਉਹਦਾ ਜ਼ਿੰਮੇਵਾਰ ਜਿਹੜਾ ਹੈ ਉਹ ਕੇਵਲ ਅਤੇ ਕੇਵਲ ਹਰਿਆਣਾ ਸਰਕਾਰ ਹੋਊਗੀ ਅਤੇ ਹਰਿਆਣੇ ਦਾ ਪ੍ਰਸ਼ਾਸਨ ਹੋਊਗਾ। ਕਿਸੇ ਵੀ ਕੀਮਤ ਦੇ ਉੱਤੇ ਇਹਨਾਂ ਨੂੰ ਜਿਹੜਾ ਹੈ ਉਹ ਕਾਮਯਾਬ ਨਹੀਂ ਹੋਣ ਦਿੱਤਾ ਜਾਊਗਾ। ਸ਼ਰਾਰਤਾਂ ਕਰਨ ਤੋਂ ਹਰ ਹਾਲਤ ਦੇ ਵਿੱਚ ਇਹਨਾਂ ਨੂੰ ਰੋਕਿਆ ਜਾਊਗਾ। ਮੈਂ ਫਿਰ ਇਹ ਕਹਿਣਾ ਚਾਹੁੰਦਾ ਕਿ ਇਹਨਾਂ ਦਾ ਮਕਸਦ ਜਿਹੜਾ ਸ਼ਰਾਰਤਾਂ ਕਰਕੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ, ਸਿੱਖਾਂ ਨੂੰ ਚੜਾਉਣਾ, ਅਤੇ ਖਾਸ ਤੌਰ ਦੇ ਉੱਤੇ ਜਿਹੜੇ ਵੱਡੇ ਇੱਥੇ ਹਰਿਆਣੇ ਦੇ ਵਿੱਚ ਹਿੰਦੂ ਸਿੱਖ ਭਾਈਚਾਰੇ ਵਸਦੇ ਨੇ ਉਹਨਾਂ ਦੇ ਵਿੱਚ ਤਰੇੜ ਪਾਉਣਾ ਇਹਨਾਂ ਦਾ ਮਕਸਦ ਹੈ। ਅਤੇ ਇਹ ਆਪਣੇ ਮਕਸਦ ਦੇ ਵਿੱਚ ਕਿਸੇ ਕੀਮਤ ਦੇ ਉੱਤੇ ਕਾਮਯਾਬ ਨਹੀਂ ਹੋਣਗੇ, ਇਹਨਾਂ ਨੂੰ ਸਜ਼ਾਵਾਂ ਜਿਹੜੀਆਂ ਹੈ ਉਹ ਹਰਿਆਣਾ ਸਰਕਾਰ ਜਿਹੜਾ ਖੁਦ ਹੀ ਦੇਵੇ। ਪਿੱਛੇ ਜੇ ਇੱਕ ਹਰਿਆਣਾ ਦੇ ਕਿਸੇ ਨਾਂ ਨਹੀਂ ਮੇਰੇ ਵਿਸਰ ਗਿਆ, ਉਸਨੇ ਸਰਦਾਰ ਗੁਰਨਾਮ ਸਿੰਘ ਚੜੂਨੀ ਬਾਰੇ ਬਹੁਤ ਹੀ ਅਪਸ਼ਬਦ ਜਿਹੜੇ ਹੈ ਉਹਨਾਂ ਬਾਰੇ ਬੋਲੇ, ਉਹਨਾਂ ਦੇ ਕੇਸਾਂ ਬਾਰੇ ਬੋਲੇ, ਉਹਨਾਂ ਦੀ ਦਸਤਾਰ ਬਾਰੇ ਬੋਲੇ, ਉਹਨਾਂ ਦੇ ਦਾੜੇ ਬਾਰੇ ਬੋਲੇ। ਇਹ ਸ਼ਬਦ ਜਿਹੜੇ ਉਸ ਵਿਅਕਤੀ ਨੇ ਬੋਲੇ ਹੈ ਉਹ ਕੇਵਲ ਸਰਦਾਰ ਗੁਰਨਾਮ ਸਿੰਘ ਚੜੂਨੀ ਨੂੰ ਨਹੀਂ ਬੋਲੇ ਬਲਕਿ ਪੂਰੇ ਸਿੱਖ ਸਮਾਜ ਨੂੰ ਬੋਲੇ ਹੈ। ਉਹਦੇ 'ਤੇ ਵੀ ਹਰਿਆਣਾ ਸਰਕਾਰ ਜਿਹੜੀ ਆ ਉਹ ਕਾਰਵਾਈ ਕਰੇ, ਸਖਤ ਤੋਂ ਸਖਤ ਜਿਹੜਾ ਉਹਨੂੰ ਕਾਰਵਾਈ ਕਰਕੇ ਉਹਨੂੰ ਜਿਹੜਾ ਹੈ ਉਹ ਜੇਲ੍ਹ ਦੇ ਵਿੱਚ ਬੰਦ ਕਰੇ। ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਹੈ ਜਿਹਦੇ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਉਹ ਕਿਸੇ ਕੀਮਤ ਦੇ ਉੱਤੇ ਬਰਦਾਸ਼ਤ ਨਹੀਂ ਕੀਤੀ ਜਾਊਗੀ। ਮੈਨੂੰ ਲੱਗਦਾ ਹੈ ਕਿ ਇਹ ਬਹੁਤ ਵੱਡੀ ਜਿਹੜੀ ਹੈ ਸੋਚੀ ਸਮਝੀ ਸਾਜਿਸ਼ ਦੇ ਤਹਿਤ ਹੀ ਹੋ ਰਿਹਾ। ਹਰਿਆਣਾ ਸਟੇਟ ਦਾ ਮਾਹੌਲ ਖਰਾਬ ਕਰਨਾ, ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣੀ ਔਰ ਭਾਈਚਾਰਿਆਂ ਦੇ ਵਿੱਚ ਆਪਸੀ ਸਾਂਝ ਨੂੰ ਤੋੜਨਾ ਇਹ ਮਕਸਦ ਹੋ ਸਕਦੇ ਨੇ ਸ਼ਰਾਰਤੀ। ਇੱਥੇ ਵੀ ਉਹੀ ਕੀਤਾ ਜਾ ਰਿਹਾ, ਜਿਹੜੀ ਨੈਗੇਟਿਵਿਟੀ ਪੈਦਾ ਕੀਤੀ ਜਾ ਰਹੀ, ਸੰਗਤ 'ਚ ਬੰਬਲ ਭੂਸਾ ਪਾਇਆ ਜਾ ਰਿਹਾ, ਜਿਹੜਾ ਨਵੀਨੀਕਰਨ ਦੇ ਨਾਂ 'ਤੇ ਜਿਹੜਾ ਗੁਰੂ ਰਾਮਦਾਸ ਸਰਾਂ ਦਾ ਕੰਮ ਰੋਕਿਆ ਗਿਆ ਅਤੇ ਜੋੜੇ ਘਰ ਦਾ ਕੰਮ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ।
ਵੇਖੋ ਇਹ ਸ਼ਰਾਰਤਾਂ ਹੋ ਰਹੀਆਂ ਨੇ। ਮੈਂ ਪਹਿਲਾਂ ਹੀ ਕਹਿ ਚੁੱਕਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹ ਸ਼ਹੀਦਾਂ ਦੇ ਸਿਰਾਂ ਦੇ ਉੱਤੇ ਉਸਰੀ ਜਿਹੜੀ ਹੈ ਉਹ ਜਥੇਬੰਦੀ ਹੈ। ਇਹ ਜਿਹੜੇ ਵਿਰੋਧ ਕਰਨ ਵਾਲੇ ਸਾਡੇ ਵੀਰ ਨੇ ਇਹ ਮਤ ਸਮਝਣ ਕਿ ਅਸੀਂ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕ੍ਰੈਡੀਬਿਲਟੀ, ਖਾਸ ਤੌਰ 'ਤੇ ਬੀਬੀ ਜਗੀਰ ਕੌਰ ਦੀ ਕ੍ਰੈਡੀਬਿਲਟੀ ਨੂੰ ਢਾਲ ਆ ਰਹੇ ਹਾਂ ਜਾਂ ਅਸੀਂ ਕਿਸੇ ਹੋਰ ਵਿਸ਼ੇਸ਼ ਵਿਅਕਤੀ ਦੀ ਕ੍ਰੈਡੀਬਿਲਟੀ ਨੂੰ ਢਾਲ ਆ ਰਹੇ ਹਾਂ, ਇਹ ਸੰਸਥਾ ਦੀ ਕ੍ਰੈਡੀਬਿਲਟੀ ਨੂੰ ਢਾਲ ਆ ਰਹੇ ਹੈ। ਇਹਨਾਂ ਨੂੰ ਸੋਚਣਾ ਚਾਹੀਦਾ, ਸਮਝਣਾ ਚਾਹੀਦਾ। ਜੇ ਕੋਈ ਇਤਰਾਜ਼ ਹੈ ਤਾਂ ਸਿੱਖੀ ਨੇ ਅਤੇ ਪ੍ਰਬੰਧਕ ਵੀ ਸਿੱਖੀ ਨੇ, ਆ ਕੇ ਬੈਠਣ, ਪਿਆਰ ਨਾਲ ਗੱਲਬਾਤ ਕਰਨ। ਕਿਹੜਾ ਮਸਲਾ ਜਿਹੜਾ ਗੱਲਬਾਤ ਦੇ ਰਾਹੀਂ ਹੱਲ ਨਹੀਂ ਹੁੰਦਾ, ਇਸ ਤਰ੍ਹਾਂ ਵਿਰੋਧ ਕਰਨਾ ਜਿਹੜਾ ਉਹ ਠੀਕ ਨਹੀਂ ਹੈ। ਜੇ ਕਿਸੇ ਕਿਸਮ ਦਾ ਕੋਈ ਮਨ 'ਚ ਸ਼ੰਕਾ ਹੈ, ਕੋਈ ਸ਼ੱਕ ਹੈ, ਸ਼ੁਭਾ ਹੈ, ਤਾਂ ਆ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਨਾਲ, ਅਹੁਦੇਦਾਰਾਂ ਨਾਲ ਬੈਠ ਕੇ ਗੱਲਬਾਤ ਕਰਨ, ਕਿਉਂਕਿ ਅਸੀਂ ਸਾਰੇ ਸਿੱਖ ਹਾਂ ਔਰ ਇਸ ਤਰ੍ਹਾਂ ਸਿੱਖ ਆਪਸ ਦੇ ਵਿੱਚ ਇੱਕ ਦੂਸਰੇ ਨਾਲ ਉਲਝਦੇ ਕਿਸੇ ਵੀ ਤੀ ਕੀਮਤ ਦੇ ਉੱਤੇ ਚੰਗੇ ਨਹੀਂ ਲੱਗਦੇ। ਇਹ ਵੱਡੀਆਂ ਸਾਜ਼ਿਸ਼ਾਂ ਨੇ ਜੀ, ਸਾਡੀਆਂ ਸਿੱਖ ਸੰਸਥਾਵਾਂ ਦੇ ਖਿਲਾਫ ਜਿਹੜੀ ਨੈਗੇਟਿਵਿਟੀ ਫੈਲਾਈ ਜਾ ਰਹੀ ਹੈ, ਇਹਦੇ ਪਿੱਛੇ ਵੱਡੀਆਂ ਸੰਸਥਾਵਾਂ ਕੰਮ ਕਰਦੀਆਂ ਨੇ, ਵੱਡੀਆਂ ਸਾਜ਼ਿਸ਼ਾਂ ਕੰਮ ਕਰਦੀਆਂ ਨੇ, ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਚਾਹੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਚਾਹੇ ਉਹ ਸਾਡੀਆਂ ਸੰਪਰਦਾਵਾਂ ਨੇ, ਦਮਦਮੀ ਟਕਸਾਲ ਹੈ, ਜਿੰਨੇ ਵੀ ਸਾਡੇ ਨਿਹੰਗ ਸਿੰਘ ਜਥੇਬੰਦੀਆਂ, ਇਹਨਾਂ ਦੇ ਪ੍ਰਤੀ ਜਿਹੜੀ ਨੈਗੇਟਿਵਿਟੀ ਫੈਲਾਈ ਜਾਣੀ ਜਿਹੜੀ ਹੈ, ਇਹ ਕਿਸੇ ਗਹਿਰੀ ਸਾਜ਼ਿਸ਼ ਦਾ ਹਿੱਸਾ ਹੈ। ਮੈਂ ਪਹਿਲਾਂ ਕਹਿ ਚੁੱਕਿਆ ਕਿ ਸਰਕਾਰ ਦੀ ਸ਼ੁਰੂ ਤੋਂ ਹੀ ਮਨਸਾ ਹੈ, 84 ਤੋਂ ਹੀ ਸਰਕਾਰ ਦੀ ਇਹ ਮਨਸਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਵਾਹਦ ਵਿਸ਼ਵ ਦੇ ਵਿੱਚ ਇੱਕ ਐਸੀ ਜਥੇਬੰਦੀ ਹੈ ਜਿਹੜੀ ਡੈਮੋਕ੍ਰੇਟਿਕ ਢੰਗ ਦੇ ਨਾਲ ਚੁਣੀ ਜਾਂਦੀ ਹੈ, ਇਹਨੂੰ ਕਿਸੇ ਨਾ ਕਿਸੇ ਢੰਗ ਦੇ ਨਾਲ ਤੋੜ ਕੇ ਸਰਕਾਰ ਆਪਣੇ ਹੱਥਾਂ 'ਚ ਲਾਏ। ਸਿੰਘ ਸਾਹਿਬ ਜੀ, ਇਹ ਹਰਿਆਣੇ ਦੇ ਵਿੱਚ ਜਿੱਦਾਂ ਇੱਕ ਘਟਨਾ ਵਾਪਰੀ ਹੈ ਜਾਂ ਹੋਰ ਵੀ ਜਿਵੇਂ ਪਿੱਛੇ ਤੁਸੀਂ ਮੀਟਿੰਗ ਵੀ ਕੀਤੀ ਸੀਗੀ ਜਿਹੜੀਆਂ ਬੀਆਰਪੀ ਦੀਆਂ ਘਟਨਾਵਾਂ ਵਾਪਰੀਆਂ, ਇਹਦੇ ਵਾਸਤੇ ਫੌਰੀ ਤੌਰ 'ਤੇ ਕੀ ਆਪਾਂ ਐਕਸ਼ਨ ਲੈ ਸਕਦੇ ਹਾਂ ਉਹਦੇ ਬਾਰੇ ਥੋੜ੍ਹਾ? ਦੇਖੋ, ਸਭ ਤੋਂ ਵੱਡੀ ਗੱਲ ਹੈ ਕਿ ਅਸੀਂ ਸਿਰ ਜੋੜ ਕੇ ਨਹੀਂ ਬੈਠ ਰਹੇ, ਅਸੀਂ ਆਪਸ ਦੇ ਵਿੱਚ ਹੀ ਉਲਝ ਰਹੇ ਹਾਂ। ਕਦੇ ਸਮਾਂ ਹੁੰਦਾ ਸੀ ਜਦੋਂ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਕਰਕੇ ਮੋਰਚੇ ਜਿਹੜੇ ਹੈ ਉਹ ਦਿੱਲੀ ਵੱਲ ਨੂੰ ਕੂਚ ਕਰਦੇ ਹੁੰਦੇ ਸੀ, ਚੰਡੀਗੜ੍ਹ ਵੱਲ ਨੂੰ ਕੂਚ ਕਰਦੇ ਹੁੰਦੇ ਸੀ, ਉਲਟਾ ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਵੱਲ ਨੂੰ ਆਉਣ ਲੱਗ ਪਏ ਆ, ਉਲਟਾ ਦਰਬਾਰ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲ ਨੂੰ ਆਉਣ ਲੱਗ ਪਏ ਆ। ਤਾਂ ਮੈਨੂੰ ਲੱਗਦਾ ਕਿਤੇ ਨਾ ਕਿਤੇ ਸਾਡੇ ਵਿਰੋਧੀਆਂ ਨੇ ਅਕਾਲ ਤਖ਼ਤ ਸਾਹਿਬ ਤੋਂ ਨਿਕਲਣ ਵਾਲੇ ਮੋਰਚਿਆਂ ਦਾ ਮੂੰਹ ਜਿਹੜਾ ਉਹ ਅਕਾਲ ਤਖ਼ਤ ਸਾਹਿਬ ਵੱਲ ਹੀ ਕਰ ਦਿੱਤਾ ਹੈ। ਇਹਦੇ ਲਈ ਸਾਡੇ ਸਿੱਖ ਵਿਦਵਾਨਾਂ ਨੂੰ ਅੱਗੇ ਆਉਣਾ ਚਾਹੀਦਾ ਜੀ, ਔਰ ਅਫਸੋਸ ਹੈ ਕਿ ਸਾਡੇ ਸਿੱਖ ਵਿਦਵਾਨ ਜਿਹੜੇ ਨੇ ਉਹ ਵੀ ਮਰਖਾ ਧੜਿਆਂ ਦਾ ਸ਼ਿਕਾਰ ਹੋ ਗਏ ਨੇ। ਅਸੀਂ ਧੜਿਆਂ ਤੋਂ ਉੱਪਰ ਉੱਠ ਕੇ ਸਾਡੇ ਸਿੱਖ ਵਿਦਵਾਨ ਅੱਗੇ ਆਉਣ, ਸਿੱਖ ਸਕਾਲਰ ਅੱਗੇ ਆਉਣ, ਸਿੱਖ ਬੁੱਧੀ ਜੱਗੀ ਜੀਵੀ ਅੱਗੇ ਆਉਣ, ਸਿੱਖ ਲਾਇਰ ਅੱਗੇ ਆਉਣ, ਸਿੱਖ ਡਾਕਟਰ, ਸਿੱਖ ਵਕੀਲ, ਸਿੱਖ ਇੰਜੀਨੀਅਰ, ਸਾਰੇ ਅਸੀਂ ਬਣਦਾ ਯੋਗਦਾਨ ਪਾਈਏ। ਜਦੋਂ ਅਸੀਂ ਸਾਰੇ ਇੱਕ ਵਾਰ ਜੁੜ ਕੇ ਬੈਠ ਗਏ ਤਾਂ ਮੈਨੂੰ ਲੱਗਦਾ ਕਿ ਸਾਡੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਜਾਣਾ ਜੀ। ਚੰਡੀਗੜ੍ਹ ਪਟਵਾਰੀ ਦੀ ਪ੍ਰੀਖਿਆ ਸੀਗੀ, ਉਹਦੇ 'ਚ ਵੀ ਸਿੱਖ ਉਮੀਦਵਾਰ ਦੇ ਕਕਾਰ ਪਾ ਰਹੇ ਨੇ। ਬੜੀ ਮਾੜੀ ਗੱਲ ਹੈ ਜੀ, ਪੰਜਾਬ ਦੀ ਧਰਤੀ ਦੇ ਉੱਤੇ ਹੀ ਜੇ ਸਿੱਖ ਕਕਾਰਾਂ ਦੀ ਅਹਿਮੀਅਤ ਨਹੀਂ ਜਾਣਦਾ ਪ੍ਰਸ਼ਾਸਨ ਜਾਂ ਨਹੀਂ ਜਾਣਦੀ ਸਰਕਾਰ, ਤਾਂ ਇਸ ਤੋਂ ਵੱਡੀ ਜਿਹੜੀ ਹੈ ਉਹ ਬਦਕਿਸਮਤੀ ਕੀ ਹੋ ਸਕਦੀ ਹੈ? ਮੈਨੂੰ ਲੱਗਦਾ ਹੈ ਕਿ ਜਾਣਦੇ ਨੇ, ਉਹਨਾਂ ਨੂੰ ਪਤਾ ਹੈ, ਪੰਜਾਬ ਦੇ ਪ੍ਰਸ਼ਾਸਨ ਨੂੰ, ਪੰਜਾਬ ਦੀਆਂ ਸਰਕਾਰਾਂ ਨੂੰ ਜਾਂ ਚੰਡੀਗੜ੍ਹ ਪ੍ਰਸ਼ਾਸਨ ਨੂੰ ਪਤਾ ਹੈ ਉਹਨਾਂ ਨੂੰ ਕਿ ਸਿੱਖ ਲਈ ਕਕਾਰਾਂ ਦੀ ਕੀ ਅਹਿਮੀਅਤ ਹੈ। ਕਿਸੇ ਦੱਖਣ ਦੀ ਸਟੇਟ 'ਚ ਹੋਵੇ ਤਾਂ ਮੰਨੀ ਜਾ ਸਕਦੀ ਹੈ ਗੱਲ ਕਿ ਉਹਨਾਂ ਨੂੰ ਸਮਝ ਨਹੀਂ, ਅਤੇ ਜੇ ਪਤਾ ਹੋਣ ਦੇ ਬਾਵਜੂਦ ਵੀ ਇਸ ਕਿਸਮ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਤਾਂ ਫਿਰ ਅਸੀਂ ਇੱਕੋ ਹੀ ਅੰਦਾਜ਼ਾ ਲਾਉਂਦੇ ਹਾਂ ਕਿ ਕੋਈ ਸਾਜ਼ਿਸ਼ ਹੈ। ਪਰ ਅੰਮ੍ਰਿਤਸਰ 2 ਦਿਨ ਪਹਿਲਾਂ ਅੰਮ੍ਰਿਤਸਰ ਦੀ ਇੱਕ ਮਾਰਕੀਟ 'ਚ ਇੱਕ ਚੋਰ ਫੜਿਆ ਗਿਆ ਸੀ, ਸਾਡੇ ਧਿਆਨ 'ਚ ਆਇਆ ਮਾਮਲਾ ਇਹ, ਫੌਰੀ ਤੌਰ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਦਿੱਤਾ ਕਿ ਪੜਤਾਲ ਕੀਤੀ ਜਾਏ। ਜੇ ਉਹ ਚੋਰ ਚੋਰੀ ਕਰਦੇ ਸੀ ਤਾਂ ਕਿਸੇ ਨੂੰ ਅਧਿਕਾਰ ਨਹੀਂ ਹੈ ਕਿ ਉਹਦੇ ਕੇਸ ਕਤਲ ਕੀਤੇ ਜਾਣ, ਉਹਨੂੰ ਪੁਲਿਸ ਦੇ ਹਵਾਲੇ ਕਰੋ, ਉਹਨੂੰ ਸਜ਼ਾ ਦਿਵਾਓ, ਜੇਲ੍ਹ ਭਜਵਾਓ, ਲੇਕਿਨ ਕੇਸ ਕਤਲ ਕਰਨੇ, ਇਹ ਮੈਂ ਸਮਝਦਾ ਬਹੁਤ ਵੱਡਾ ਗੁਨਾਹ ਹੈ ਸਾਡੇ ਵਾਸਤੇ। ਕੇਸ ਕੱਟੇ ਗਏ, ਪੁਲਿਸ ਨੂੰ ਉਹਨਾਂ ਨੂੰ ਫੜਾਇਆ ਗਿਆ, ਨਾ ਕੋਈ ਸ਼ਿਕਾਇਤ ਕੀਤੀ ਗਈ ਜਿਹਨਾਂ ਚੋਰ? ਬਿਲਕੁਲ ਇਹੀ ਹੈ, ਇਹ ਕਿਤੇ ਨਾ ਕਿਤੇ ਜਿਹੜੇ ਲੋਕ ਇਹਨਾਂ ਦੇ ਮਨਾਂ ਦੇ ਵਿੱਚ ਸਿੱਖਾਂ ਦੇ ਪ੍ਰਤੀ ਬਹੁਤ ਭਾਰੀ ਨਫ਼ਰਤ ਭਰੀ ਹੋਈ ਹੈ, ਜਿਸ ਕਰਕੇ ਇਹ ਘਟਨਾਵਾਂ ਨੂੰ ਅੰਜਾਮ ਦਿੰਦੇ ਨੇ। ਆਵਾਜ਼ੀ ਕੌਮ ਟੀਵੀ ਲਈ ਅੰਮ੍ਰਿਤਸਰ ਤੋਂ ਹਿਮਾਂਸ਼ੂ ਸ਼ਰਮਾ ਦੀ ਰਿਪੋਰਟ।